ਨਾਮ ਗੁਰਦੇਵ ਸਿੰਘ ਆ ਜੀ। ਅਸੀਂ ਅੱਜ ਪੰਛੀ ਦੇਖਣ ਆਏ ਸੀ ਇੱਥੇ, ਕਹਿੰਦੇ ਸਾਈਬੇਰੀਅਨ ਪੰਛੀ ਵਗੈਰਾ ਆਉਂਦੇ ਨੇ, ਉਹ ਬੱਚਿਆਂ ਨੂੰ ਦਿਖਾਉਣ ਲੈ ਕੇ ਨਾ ਆਏ ਸੀ। ਆਪਾਂ ਅੱਗੇ ਦੇਖ ਕੇ ਆਏ ਨੇ, ਬਹੁਤ ਵਧੀਆ ਵਿਊ ਆ ਸਾਰਾ, ਬਹੁਤ ਵਧੀਆ ਪੰਛੀ ਦੇਖੇ ਆ ਸਾਰੇ, ਕਾਫੀ ਤਰ੍ਹਾਂ ਦੇ ਆਏ ਹੋਏ ਨੇ ਜਿਹੜੇ ਵੇਖ ਕੇ ਆਏ ਆ। ਬੱਚੇ ਵੀ ਅੱਜ ਬੱਚਿਆਂ ਨੇ ਅੱਜ ਇੰਜੋਏ ਕੀਤਾ ਨਾਲ। ਕਿੱਦਾਂ ਲੱਗਾ? ਬਹੁਤ ਵਧੀਆ ਲੱਗਾ ਜੀ, ਬਹੁਤ ਵਧੀਆ। ਸਰਕਾਰ ਕੀ ਚਾਹੁੰਦੇ ਹੋ? ਸਰਕਾਰ ਇਹ ਕਿ ਥੋੜ੍ਹਾ ਜਿਹਾ ਹੋਰ ਇਸ ਏਰੀਆ ਨੂੰ ਡਿਵੈਲਪ ਕਰੇ, ਐਜ਼ ਏ ਟੂਰਿਸਟ ਪਲੇਸ ਬਣਾਏ ਇਸ ਜਗ੍ਹਾ ਦੇ ਵਿੱਚ, ਸਫਾਈ ਸਫੂਈ ਹੋਏ, ਵਿਊਜ਼ ਪੁਆਇੰਟ ਅੱਛੇ ਹੋਣ, ਥੋੜ੍ਹਾ ਜਿਹਾ ਇਨਫਰਾਸਟ੍ਰਕਚਰ ਦੀ ਘਾਟ ਹੈ, ਬਾਕੀ ਸਭ ਠੀਕ ਹੈ ਜੀ। ਹਾਂਜੀ, ਮੇਰਾ ਨਾਮ ਗੁਰਦੇਵ ਸਿੰਘ ਹੈ ਜੀ। ਬੱਚਿਆਂ ਨੂੰ ਲੈ ਕੇ ਆਇਆ ਸੀ ਨਾਲ ਵੇਖਣ ਵਾਸਤੇ ਅੱਜ ਪੰਛੀ ਇੱਥੇ। ਪਤਾ ਲੱਗਾ ਸੀ ਇੱਥੇ ਸਾਈਬੇਰੀਅਨ ਪੰਛੀ ਵਗੈਰਾ ਆਉਂਦੇ ਨੇ, ਉਹ ਵਿਖਾ ਕੇ ਲੈ ਕੇ ਆਇਆ ਬੱਚਿਆਂ ਨੂੰ। ਕਾਫੀ ਤਰ੍ਹਾਂ ਦੇ ਬਰਡ ਆਏ ਨੇ ਜਿਹੜੇ ਦੇਖੇ ਨੇ, ਬੜੇ ਅੱਛੇ ਵਿਊਜ਼ ਨੇ ਜਿੱਥੋਂ ਇਹ ਸਾਰਾ ਦੇਖਿਆ ਹੈ, ਸਾਰਾ ਕੁਛ ਬੜਾ ਵਧੀਆ ਬੱਚਿਆਂ ਨੇ ਇੰਜੋਏ ਕੀਤਾ ਜੀ। ਸਰਕਾਰ ਤੋਂ ਚਾਹੁੰਦੇ ਹਾਂ ਕਿ ਥੋੜ੍ਹਾ ਜਿਹਾ ਇਨਫਰਾਸਟ੍ਰਕਚਰ ਦੀ ਸੁਧਾਰ ਕੀਤਾ ਜਾਵੇ, ਥੋੜ੍ਹਾ ਜਿਹਾ ਵਿਊ ਪੁਆਇੰਟਸ ਵਧਾਏ ਜਾਣ, ਥੋੜ੍ਹਾ ਜਿਹਾ ਇੱਥੇ ਹੋਏ ਜਿਸ ਤਰ੍ਹਾਂ ਕਿ ਟੂਰਿਸਟ ਨੂੰ ਅਟਰੈਕਟ ਕੀਤਾ ਜਾ ਸਕੇ ਆਪਣੀ ਤਰਫ ਇਸ ਜਗ੍ਹਾ ਤੇ। ਵਾ ਸਤਿ ਸ਼੍ਰੀ ਅਕਾਲ। ਹਾਂਜੀ ਸਰ, ਅਸੀਂ ਅੰਮ੍ਰਿਤਸਰੋਂ ਆਏ ਹਾਂ ਕੇਸੋਪੁਰ ਸੰਭ 'ਚ। ਸਰ ਇੱਥੇ ਅਸੀਂ ਚਲੋ ਮਿਹਨਤ ਮਜ਼ਦੂਰੀ ਕਰਦੇ ਨੇ, ਸਾਲ 'ਚ ਲੋਕ ਆਉਂਦੇ ਇੱਥੇ, ਬਾਹਰ ਦੇ ਪੰਛੀ ਹੁੰਦੇ, ਪੰਛੀ ਵੇਖਣ ਆਉਂਦੇ ਆ। ਸਰ ਅਸੀਂ ਵੀ ਮਹੀਨਾ ਦੋ ਮਹੀਨੇ ਇੱਥੇ ਕੰਮ ਕਰਦੇ ਹਾਂ, ਅਸੀਂ ਵੀ ਪੰਛੀ ਵੇਖਦੇ ਹਾਂ, ਬਹੁਤ ਸੋਹਣੇ ਸੋਹਣੇ ਪੰਛੀ ਹੁੰਦੇ ਅਤੇ ਰੰਗ ਬਿਰੰਗੇ ਪੰਛੀ ਹੁੰਦੇ। ਹਾਂਜੀ ਸਰ, ਲੋਕਾਂ ਦੇ ਵੇਖਣ? ਹਾਂਜੀ, ਲੋਕ ਬਹੁਤ ਆਉਂਦੇ ਆ ਜੀ ਵੇਖਦੇ ਵੇਖਣ। ਕਿੱਦਾਂ ਲੱਗਦਾ? ਠੀਕ ਲੱਗਦਾ ਸਾਨੂੰ, ਬਹੁਤ ਵਧੀਆ ਲੱਗਦਾ ਜੀ। ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ, ਉਹਨਾਂ ਨੇ ਮਿਲੀਦਾ ਵਰਤੀਦਾ, ਵੇਖੀਦਾ, ਫੋਟੋਆਂ ਖਿਚਾਉਂਦੇ ਆ, ਖਿੱਚਦੇ ਆ, ਸੋਹਣੇ ਲੱਗਦੇ ਆ। ਹਾਂਜੀ, ਮੇਰਾ ਨਾਮ ਟਿੰਕੂ ਹੈ ਜੀ। ਹਾਂਜੀ, ਅੰਮ੍ਰਿਤਸਰੋਂ ਆਏ ਸੀ। ਸਰ ਅਸੀਂ ਇੱਥੋਂ ਅੰਮ੍ਰਿਤਸਰੋਂ ਇੱਥੇ ਆ ਕੇ ਮਿਹਨਤ ਕਰਦੇ ਹਾਂ ਜੀ। ਇੱਥੇ ਸਿਆਲ ਦੇ ਦਿਨਾਂ 'ਚ ਸਰ ਪੰਛੀ ਬਹੁਤ ਸੋਹਣੇ ਆਉਂਦੇ ਆ, ਅਤੇ ਲੋਕ ਵੀ ਵੇਖਣ ਆਉਂਦੇ ਆ, ਅਸੀਂ ਵੀ ਵੇਚਦੇ ਹਾਂ, ਸੋਹਣੇ ਲੱਗਦੇ ਆ ਸਰ। ਪੰਛੀ ਰੰਗ ਬਿਰੰਗੇ ਆ, ਸੋਹਣੇ ਲੱਗਦੇ ਆ ਸਰ। ਉਹ ਪੰਛੀ ਬਾਹਰੋਂ ਹੀ ਆਉਂਦੇ ਆ, ਦੋ ਮਹੀਨੇ ਇੱਥੇ ਆਉਣੇ ਆ, ਆਪਣੇ ਇੰਜੋਏ ਕਰਨਾ ਉਹਨਾਂ ਨੇ, ਫਿਰ ਉਹਨਾਂ ਨੇ ਚਲ ਜਾਣਾ। ਲੋਕ ਬਹੁਤ ਆਉਂਦੇ ਸਰ। ਕੀ ਕਰਦੇ ਆ? ਸਰ ਫੋਟੋਆਂ ਖਿੱਚਦੇ ਆ, ਨਾਲੇ ਪੰਛੀਆਂ ਨੂੰ ਖਿੱਚਦੇ, ਨਾਲੇ ਅਸੀਂ ਵੀ ਵੇਚਦੇ ਹਾਂ, ਸੋਹਣੇ ਲੱਗਦੇ ਆ ਪੰਛੀ। ਕੀ ਚਾਹੁੰਦੇ ਸਰਕਾਰ ਵੱਲੋਂ? ਸਰਕਾਰ ਵੱਲੋਂ ਮੰਗ ਚਾਹੁੰਦੇ ਹਾਂ ਵੀ ਅੱਗੇ ਝੀਲ ਵੱਲ ਹੋਏ ਸੀ ਵੀ ਝੀਲ ਬਣਨੀ ਆ, ਪਰ ਸਰ ਥੋੜ੍ਹੀ ਕਸਰ ਰਹਿੰਦੀ ਹੈ ਇਹਨੂੰ, ਝੀਲ ਨੂੰ ਵਧੀਆ ਤਰ੍ਹਾਂ ਬਣਨਾ ਚਾਹੀਦਾ, ਜਿਹੜੇ ਲੋਕ ਹੋਰ ਦੂਰ ਦੂਰੋਂ ਆਉਣ ਵੇਖਣ ਆਉਣ। ਹਾਂਜੀ, ਅਸੀਂ ਅੱਜ ਖੜ੍ਹੇ ਕੇਸ਼ੋਪੁਰ ਸੰਭ ਕਮਿਊਨਿਟੀ ਰਿਜ਼ਰਵ, ਜੋ ਕਿ ਇੱਕ ਰਾਮਸਰ ਸਾਈਟ ਵੀ ਹੈ, ਔਰ ਭਾਰਤ ਦਾ ਜਿਹੜਾ ਇਹ ਪਹਿਲਾ ਕਮਿਊਨਿਟੀ ਰਿਜ਼ਰਵ ਹੋਣ ਦਾ ਇਹਨੂੰ ਮਾਣ ਪ੍ਰਾਪਤ ਹੈ। ਇਹ ਪੰਜ ਪਿੰਡਾਂ ਦੀ, ਕੇਸ਼ੋਪੁਰ, ਡਾਲਾ, ਮਿਆਨੀ, ਮਗਰਮੋਦੀਆਂ, ਮੱਟਮ ਦੀ ਇਹ ਪੰਚਾਇਤੀ ਲੈਂਡ ਹੈ, ਜੋ ਕਿ ਕਮਿਊਨਿਟੀ ਰਿਜ਼ਰਵ ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਇਹਨੂੰ ਡਿਕਲੇਅਰ ਕੀਤੀ ਗਈ। ਇਹਦੀ ਜਿਹੜੀ ਇਹ ਇੱਕ ਨੈਚੁਰਲ ਵੈਟਲੈਂਡ ਹੈ, ਇੱਥੇ ਸਰਦੀਆਂ ਦੇ ਮੌਸਮ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਰੀਬ 90 ਪਲੱਸ ਸਪੀਸ਼ੀ ਔਰ 20,000 ਪਲੱਸ ਜਿਹੜੇ ਬਰਡ ਇੱਥੇ ਸਰਦੀਆਂ ਦੇ ਮੌਸਮ 'ਚ ਪ੍ਰਵਾਸ ਕਰਦਾ ਹੈ, ਅਤੇ ਸੋ ਵਿਭਾਗ ਨੇ ਇਹਨਾਂ ਦੀ ਜਿਹੜੀ ਸੁਰੱਖਿਆ ਲਈ ਪੈਟਰੋਲਿੰਗ ਟੀਮਾਂ ਬਣਾ ਕੇ ਦਿਨ ਰਾਤ ਸਿਆਲ ਦੇ ਵਿੱਚ ਗਸ਼ਤ ਕਰਦੇ, ਤਾਂ ਕਿ ਕੋਈ ਵੀ ਜਿਹੜੀ ਸ਼ਿਕਾਰ ਦੀ ਅਣਸੁਖਾਵੀ ਘਟਨਾ ਵਾਪਰੇ। ਸੈਲਾਨੀਆਂ ਲਈ ਇੱਥੇ ਵਿਭਾਗ ਵੱਲੋਂ, ਪੰਜਾਬ ਸਰਕਾਰ ਵੱਲੋਂ ਇੱਕ ਇੰਟਰਪ੍ਰਿਟੇਸ਼ਨ ਸੈਂਟਰ 3 ਏਕੜ ਵਿੱਚ ਬਣਾਇਆ ਗਿਆ, ਜਿੱਥੇ ਫ੍ਰੀ ਪਾਰਕਿੰਗ ਫੈਸਿਲਿਟੀ ਹੈ, ਪਲੱਸ ਇੰਟਰ ਜਿਹੜੇ ਇਹਨਾਂ ਦੇ ਪੰਛੀਆਂ ਦੀ ਜਾਣਕਾਰੀ ਲਈ ਇੱਕ ਵਿਆਖਿਆ ਕੇਂਦਰ ਹੈ, ਟੋਇਲਟ ਫੈਸਿਲਿਟੀ ਹੈ, ਆਡੀਟੋਰੀਅਮ ਹਾਲ ਹੈ। ਸੋ ਇਹਨਾਂ ਨੂੰ ਵਿਭਾਗ ਦੀ ਕੋਸ਼ਿਸ਼ ਹੈ ਕਿ ਜਿਹੜੀ ਇਹਨਾਂ ਦੀ ਪੰਛੀਆਂ ਦੀ ਵੱਧ ਤੋਂ ਵੱਧ ਸੁਰੱਖਿਆ ਕੀਤੀ ਜਾਵੇ, ਔਰ ਸੈਲਾਨੀਆਂ ਨੂੰ ਜਿਹੜੇ ਵੱਧ ਤੋਂ ਵੱਧ ਖਿੱਚ ਦਾ ਕੇਂਦਰ ਬਣਾਉਣ ਲਈ ਆਪਾਂ ਵੱਖ ਵੱਖ ਉਪਰਾਲੇ ਵਿਭਾਗ ਵੱਲੋਂ ਜਾਰੀ ਨੇ। ਅਤੇ ਇੱਕ ਲੋਕਾਂ ਨੂੰ ਅਪੀਲ ਹੈ ਕਿ ਜੇ ਪੰਛੀ ਬਾਹਰੋਂ ਆਉਂਦੇ ਨੇ, ਇਹਨਾਂ ਦੇ ਜਿਹੜਾ ਇਹ ਸਾਡੇ ਮਹਿਮਾਨ ਪੰਛੀ ਨੇ, ਔਰ ਇਹਨਾਂ ਦੇ ਜਿਹੜਾ ਸ਼ਿਕਾਰ ਦੇ ਪੂਰਨ ਤੌਰ 'ਤੇ ਵਾਈਲਡ ਲਾਈਫ ਐਕਟ 1972 ਅਧੀਨ ਪੂਰਨ ਪਾਬੰਦੀ ਹੈ, ਔਰ ਕੋਈ ਵੀ ਜਿਹੜਾ ਕੋਈ ਇਹਦਾ ਨਜਾਇਜ਼ ਸ਼ਿਕਾਰ ਕਰਦਾ ਜਾਂ ਫੜਿਆ ਗਿਆ, ਉਹਦੇ ਲਈ ਕਾਨੂੰਨ ਦੇ ਵਿੱਚ ਸਜ਼ਾ ਦੀ ਵਿਵਸਥਾ ਹੈ। ਸੋ ਅਪੀਲ ਹੈ ਕਿ ਕੋਈ ਵੀ ਇੱਦਾਂ ਦਾ ਕੋਈ ਕਾਰਨਾਮਾ ਕੋਈ ਨਾ ਕਰੇ। ਤੁਸੀਂ ਦੱਸਿਆ ਵੀ ਇਹ ਮੌਸਮ ਨੂੰ ਵੀ ਕੈਚ ਕਰਦੇ ਨੇ, ਵੀ ਜਿੱਦਾਂ ਮੌਸਮ ਜਿਹੜਾ ਸਾਡੇ ਬਰਫ਼ਦਾਨ ਦੂਜੀ ਕੰਟਰੀ ਵਿੱਚ ਤਾਲ, ਇਹਦੇ ਬਾਰੇ ਥੋੜ੍ਹਾ ਦੱਸੋ। ਹਾਂਜੀ, ਇਹ ਪੰਛੀਆਂ ਦੀ ਇੱਕ ਜਿਹੜੀ ਆਪਾਂ ਜੇ ਕਹਿ ਲਈਏ, ਇਹਨਾਂ ਦੀ ਇੱਕ ਖਾਸ ਮਹੱਤਤਾ ਜਿਹੜੀ ਸਾਡੇ ਇਨਵਾਇਰਮੈਂਟ ਵਿੱਚ ਹੈ। ਪੰਛੀਆਂ ਨੂੰ ਆਪਾਂ ਜਿਹੜੀ ਕਲਾਈਮੇਟ ਦਾ ਇੰਡੀਕੇਟਰ ਵੀ ਮੰਨਦੇ ਹਾਂ। ਜੇ ਪੰਛੀ ਦੀ ਜਿਹੜੀ ਹਰ ਸਾਲ ਜਨਵਰੀ ਮਹੀਨੇ ਇਹਨਾਂ ਦੀ ਸੈਂਸਿਸ ਕਰਵਾਈ ਜਾਂਦੀ ਹੈ, ਔਰ ਇਹਨਾਂ ਦੀ ਗਿਣਤੀ 'ਤੇ ਨਜ਼ਰ ਰੱਖੀ ਜਾਂਦੀ ਹੈ, ਇਹਨਾਂ ਦਾ ਦੇਖਿਆ ਜਾਂਦਾ ਕਿ ਪੰਛੀ ਘੱਟ ਆਏ ਆ ਜਾਂ ਵੱਧ ਆਏ ਆ। ਜੇ ਮੰਨ ਲਓ ਪੰਛੀ ਕਿਸੇ ਸਾਲ ਘੱਟ ਆਏ ਹੋਣਗੇ, ਤਾਂ ਉਸਦਾ ਮਤਲਬ ਵੀ ਉੱਪਰ ਜਿਹੜੀ ਗਰਮੀ ਹੈ ਉਹ ਵੱਧ ਗਈ ਹੈ, ਔਰ ਗਰਮੀ ਵਧਣ ਦਾ ਸਾਰਾ ਸਾਡੇ ਗਲੋਬਲ ਵਾਰਮਿੰਗ 'ਤੇ ਇਹਦਾ ਇਫੈਕਟ ਕਰਦੀ ਹੈ। ਸੋ ਪੰਛੀਆਂ ਦਾ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਉਣਾ ਜਿਹੜਾ ਉਹ ਸਾਡੇ ਲਈ ਇੱਕ
शुभ समा जा रहा है। सियाल देना चाहते हैं जी? इस सियाल दे विच जिहड़े मेन बर्ड वाटर बर्ड्स होंदे ने जदों उत्थों दीआं झीलां जम जांदीआं ने फिर गर्म देशां वल अपने फूड लिए रुख करदे ने। इत्थे इहनां नूं वधिया फूड जिहड़ा इहनां नूं चाहीदा उह इत्थे मिलदा है। सो ये इत्थे 4 महीने करीब स्टे करदे ने। इधर आउण च किन्ना समां राज किते स्टे वी करदे? इहनां दे विच अलग अलग तरह दे बर्ड ने जिहड़े कई बर्ड ने साडे कोल बार हैडड गीज आंदा उह माउंट एवरेस्ट जिहड़ा उहनूं क्रॉस करके आंदा वा सब तों उच्चा उड्डण वाला उह बर्ड है। कई बर्ड इदां जिहड़े 5-5, 7-7 हज़ार लगातार फ्लाइट लैके आंदे ने। हाँ कुछ बर्ड जिहड़े रस्ते दे स्टे वी करदे जिथे उहनां नूं मिलदा है इसे तरह फिर उसे पैटर्न ते वापस हुंदे ने।